ਸਤਿ ਸ਼੍ਰੀ ਗਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਤੇ ਜਿਸ ਦਾ ਨਾਮ ਹੈ ਸਵੀ ਪੰਜਾਬੀ ਸਟੋਰੀਜ਼ ਅੱਜ ਤੁਹਾਡੇ ਲਈ ਸੀ ਲੈ ਕੇ ਆਏ ਕਿਸਮਤ ਦੀ ਖੇਡ ਕਹਾਣੀ ਦਾ ਤੀਜਾ ਤੇ ਲਾਸਟ ਪਾਰਟ ਜਿੱਦਾਂ ਤੁਸੀਂ ਸਾਡੇ ਪਹਿਲਾਂ ਵਾਲੇ ਦੋ ਪਾਰਟਾਂ ਨੂੰ ਪਿਆਰ ਕੀਤਾ ਉਦਾਂ ਹੀ ਤੁਸੀਂ ਇਸ ਤੀਜੇ ਪਾਰਟ ਨੂੰ ਵੀ ਪਿਆਰ ਕਰੋਗੇ ਸ਼ੁਰੂ ਕਰਨ ਲੱਗੇ ਹਾਂ ਜੀ ਕਹਾਣੀ ਇਹ ਸੁਣ ਕੇ ਜਮਰਦ ਨੇ ਆਪਣੇ ਨੌਕਰਾਂ ਨੂੰ ਜਾਦੂ ਦੀ ਰੇਤ ਤੇ ਤਾਂਬੇ ਦੀ ਕਲਮ ਦਿਉਣ ਲਈ ਗਿਆ ਉਹਨੇ ਰੇਤ ਨੂੰ ਮੇਜ਼ ਤੇ ਖਲਾਰ ਦਿੱਤਾ ਤੇ ਕਲਮ ਨਾਲ ਪੁੱਠਾ ਸਿੱਧਾ ਕੁਝ ਲਿਖਿਆ ਕੁਝ ਚਾਰ ਲਿਖਤ ਵਾਲਾ ਟਿਕਟਕੀ ਲਾਉਣ ਪਿੱਛੋਂ ਉਹਨੇ ਅੱਖਾਂ ਲਾਲ ਕਰਕੇ ਬਾਸਰੂਮ ਬਸਰੂਮ ਨੂੰ ਕਿਹਾ ਦਗਾਵਾਜ ਬਦਮਾਸ਼ ਬਾਦਸ਼ਾਹ ਸਾਹਮਣੇ ਝੂਠ ਬੋਲਣ ਦੀ ਤੈਨੂੰ ਕਿਸ ਤਰ੍ਹਾਂ ਹਿੰਮਤ ਪਈਏ ਤੇਰਾ ਨਾਂ ਦਾ ਬਸਰੂਮ ਹੈ ਤੇ ਤੂੰ ਇੱਕ ਕਲਾਮ ਦੀ ਭਾਲ ਵਿੱਚ ਇੱਥੇ ਆਇਆ ਹੈ ਸੱਚ-ਸੱਚ ਦੱਸ ਤੇ ਨਹੀਂ ਤਾਂ ਤੇਰੀ ਖੈਰ ਨਹੀਂ ਮਹਿ ਜਾਦੂ ਦੀ ਇਹਦਰਾ ਹੀ ਸਭ ਕੁਝ ਜਾਣ ਲਿਆ ਏ ਬਸਰੂਮ ਹੱਕਾ ਵਕਾ ਹੋ ਕੇ ਜਮੁਰਦ ਦੇ ਪੈਰੀ ਡੇਗ ਪਿਆ ਤੇ ਉਹਨੇ ਸਾਰੀ ਗੱਲ ਇਕਵਾਲ ਕਰ ਲਈ ਇਸ ਤੇ ਜਮੁਰਦ ਨੇ ਉਹਨੂੰ ਕਾਲ ਕੋਟਰੀ ਵਿੱਚ ਡੱਕ ਕੇ ਦੇਣ ਲਈ ਹੁਕਮ ਦੇ ਦਿੱਤਾ ਦੂਜੇ ਮਹੀਨੇ ਫਿਰ ਮਹਿਫਲ ਕੀਤੀ ਗਈ ਜਦੋਂ ਲੋਕੀ ਖਾਣ ਪੀਣ ਵਿੱਚ ਰੁੱਝੇ ਹੋਏ ਸਨ ਤਾਂ ਪਹਿਲਾਂ ਵਾਂਗ ਇੱਕ ਹੋਰ ਰਾਜਨ ਵੀ ਉੱਥੇ ਆ ਪਹੁੰਚਿਆ ਤੇ ਇੱਕ ਖਾਲੀ ਥਾਂ ਵੇਖ ਕੇ ਉੱਥੇ ਬੈਠ ਗਿਆ ਉਹਨੂੰ ਬਹੁਤ ਲੱਗੀ ਹੋਈ ਸੀ ਇਸ ਲਈ ਉਹ ਵੀ ਹਾਬਣਿਆਂ ਖਾਣ ਲੱਗ ਪਿਆ ਜਮਰਦ ਨੇ ਇੱਕ ਦਾਵ ਨੂੰ ਪਹਿਚਾਨ ਲਿਆ ਇਹ ਉਹ ਹੀ ਡਾਕੂ ਸੀ ਜਿਹੜਾ ਜਮਰਦ ਨੂੰ ਅੜ ਕੇ ਆਪਣੀ ਗਾਰ ਵਿੱਚ ਲੈ ਗਿਆ ਸੀ ਜਮਰਦ ਨੇ ਉਹਨੂੰ ਆਪਣੀ ਹਜ਼ੂਰੀ ਵਿੱਚ ਹਾਜ਼ਰ ਹੋਣ ਲਈ ਕਿਹਾ ਜਦੋਂ ਸਾਹਮਣੇ ਪੇਸ਼ ਹੋਇਆ ਤਾਂ ਜਮਰਦ ਨੇ ਪੁੱਛਿਆ ਤੇਰਾ ਨਾਂ ਕੀ ਓਹਨੇ ਉੱਤਰ ਦਿੱਤਾ ਮੇਰਾ ਨਾਂ ਫਾਰੂਕ ਹੈ ਤੇ ਮੈਂ ਕੰਮ ਕਰਦੀ ਭਾਲ ਵਿੱਚ ਇੱਥੇ ਆਇਆ ਹਾਂ ਜਦ ਮੁਰਦ ਨੇ ਫੇਰ ਜਾਦੂ ਦੀ ਰੇਤ ਮੇਜ਼ ਤੇ ਖਿਲਾਰੀ ਹਤੇ ਤਾਂ ਬੇਦੀ ਕਲਮ ਨਾਲ ਲਿਖੀ ਹੋਈ ਲਿਖਤ ਦੇਖ ਕੇ ਕਹਿਣ ਲੱਗੀ ਝੂਠ ਕਿਉਂ ਬੋਲਦਾ ਏ ਤੇਰਾ ਨਾਂ ਤਾਂ ਜਵਾਨ ਏ ਤੂੰ ਬੜਾ ਵੱਡਾ ਡਾਕੂ ਏ ਤੂੰ ਤਾਂ ਆਪਣੇ ਘੋੜੇ ਦੀ ਭਾਲ ਵਿੱਚ ਇੱਥੇ ਆਇਆ ਏ ਡਾਕ ਨੂੰ ਸੁਪਨੇ ਵਿੱਚ ਵੀ ਨਹੀਂ ਸੀ ਖੜਕ ਸਕਦੀ ਕਿ ਇਹ ਉਹੀ ਲੜਕੀ ਹੈ ਜਿਸ ਨੂੰ ਆਪਣੀ ਗਾਰ ਵਿੱਚ ਚੁੱਕ ਲਿਆ ਸੀ ਉਹ ਕੁਛ ਦਰਦ ਜਿਹਾ ਗਿਆ ਸੀ ਉਹ ਘੜਗਣਾ ਕੇ ਜਮਰਦ ਦੇ ਪੈਰਾ ਵਿੱਚ ਪੈ ਗਿਆ ਅਤੇ ਜਾਣ ਬਖਸ਼ੀ ਲਈ ਹੜੇ ਕਰਨ ਲੱਗਾ ਜਮਰਦ ਨੇ ਉਹਨੂੰ ਵੀ ਕਾਲ ਕੋਠੜੀ ਵਿੱਚ ਡੱਕਣ ਦਾ ਹੁਕਮ ਦੇ ਦਿੱਤਾ ਜਮਰਦ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਲੱਗ ਰਹੀ ਸੀ ਇਸ ਤਰ੍ਹਾਂ ਜਦ ਤੀਜਾ ਮਹੀਨਾ ਆਇਆ ਤਾਂ ਫਿਰ ਮਹਿਫਲ ਲਾਈ ਗਈ ਜਦ ਲੋਕ ਅੰਧ ਪਚੰਦਾ ਖਾਣਾ ਖਾ ਚੁੱਕੇ ਤਾਂ ਅਚਾਨਕ ਲੰਮਾ ਅਤੇ ਬੜੀ ਸੁੰਦਰ ਡੀਲਡੋਲ ਵਾਲਾ ਅਜਨਵੀ ਉਥੇ ਇੱਕ ਖਾਲੀ ਥਾਂ ਵੇਖ ਕੇ ਖਾਣ ਲਈ ਬੈਠ ਗਿਆ ਜਮਰਦ ਨੇ ਉਹ ਵੇਖਦਿਆਂ ਹੀ ਪਛਾਣ ਲਿਆ ਕਿ ਇਹ ਸ਼ੇਰ ਹੈ ਖੁਸ਼ੀ ਨਾਲ ਉਹਦਾ ਦਿਲ ਧੱਕ ਧੱਕ ਕਰਨ ਲੱਗ ਪਿਆ ਉਹ ਲੰਮਾ ਸਫ਼ਰ ਕਰਕੇ ਆਇਆ ਸੀ ਇਸ ਲਈ ਉਹਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਉਹ ਦਵਾ-ਦਵ ਖਾਣਾ ਖਾਣ ਲੱਗ ਪਿਆ ਲੋਕਾਂ ਵਿੱਚੋਂ ਇੱਕ ਨੇ ਕਿਹਾ ਇਸ ਕੁਰਸੀ ਤੇ ਜੋ ਵੀ ਬੈਠਦਾ ਹੈ ਉਹਨੂੰ ਕਾਲ ਕੋਠੜੀ ਵਿੱਚ ਡੱਕ ਦਿੱਤਾ ਜਾਂਦਾ ਏ ਤੂੰ ਇੱਥੋਂ ਉੱਠ ਪਾਏ ਉਹ ਕਹਿਣ ਲੱਗਾ ਕੋਈ ਫਿਗਰ ਨਹੀਂ ਮੈਂ ਬੜੇ ਲੰਮੇ ਸਫ਼ਰ ਤੋਂ ਆਇਆ ਹਾਂ ਪਹਿਲਾਂ ਮੈਨੂੰ ਰਾਜ ਕੇ ਰੋਟੀ ਤਾਂ ਖਾ ਲੈਣ ਦਿਓ ਫਿਰ ਵੇਖੀ ਜਾਉ ਜੋ ਹੋਊਗਾ ਛੇਰ ਨੇ ਖਾਣਾ ਖਾ ਲਿਆ ਤੇ ਜਮਰਦ ਨੇ ਆਪਣੇ ਸਪਾਹਿਆਂ ਨੂੰ ਹੁਕਮ ਦਿੱਤਾ ਕਿ ਉਹ ਅਜਨਵੀ ਨੂੰ ਉਹਦੇ ਸਾਹਮਣੇ ਪੇਸ਼ ਕਰਨ ਸਭ ਤੋਂ ਪੱਕਾ ਯਕੀਨ ਹੋ ਗਿਆ ਕਿ ਇਹ ਵੀ ਜਰੂਰ ਕਾਲ ਕੋਠੜੀ ਦੀ ਸੈਰ ਕਰੇਗਾ ਫੇਰ ਨੇ ਬਾਦਸ਼ਾਹ ਨੂੰ ਕਿਹਾ ਮੈਂ ਖਰਾਸਨ ਦਾ ਸਦਾਗ ਰਹਾ ਤੇ ਆਪਣੀ ਪਤਨੀ ਨੂੰ ਲਵਦਾ ਲਵਦਾ ਇੱਥੇ ਆ ਪਹੁੰਚਿਆ ਉਹ ਮੈਨੂੰ ਦੁਨੀਆ ਵਿੱਚ ਸਭ ਤੋਂ ਪਿਆਰੀ ਏ ਉਸ ਬਿਨਾ ਮੈਂ ਜੀ ਨਹੀਂ ਸਕਦਾ ਜਮਰਦ ਨੇ ਫਿਰ ਜਾਦੂ ਦੀ ਰੇਤ ਤੇ ਤਾਂਬੇ ਦੀ ਕਲ ਮੰਗਵਾਈ ਤੇ ਲਿਖਤ ਨੂੰ ਗਾਹ ਨਾਲ ਪੜ੍ਹ ਕੇ ਕਹਿਣ ਲੱਗੀ ਤੂੰ ਸੱਚ ਬੋਲਿਆ ਏ ਇਸ ਲਈ ਤੂੰ ਰਤੀ ਫਿਕਰ ਨਾ ਕਰ ਤੈਨੂੰ ਤੇਰੀ ਪਤਨੀ ਜਲਦੀ ਹੀ ਵਾਪਸ ਮਿਲ ਜਾਏਗੀ ਜਮਰਦ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਹ ਸ਼ੇਰ ਨੂੰ ਮਹੱਲ ਵਿੱਚ ਲੈ ਜਾਣ ਅਤੇ ਪਹਿਨਣ ਲਈ ਉਸ ਨੂੰ ਸੁੰਦਰ ਲਿਬਾਸ ਦੇਣ ਤੇ ਸ਼ਾਹ ਨੂੰ ਉਹਦੇ ਸਾਹਮਣੇ ਪੇਸ਼ ਕਰਨ ਜਦ ਸ਼ੇਰ ਬੜੀ ਸਾਜਤਾ ਦੇ ਵਿੱਚ ਬਾਦਸ਼ਾਹ ਅਮਨੇ ਹੈਰ ਹੋਇਆ ਤਾਂ ਬਾਦਸ਼ਾਹ ਨੇ ਉਸ ਤੋਂ ਉਹਦੇ ਦੇਸ਼ ਦੇ ਟਿਕਾਣੇ ਬਾਰੇ ਕੁਝ ਸਵਾਲ ਕੀਤੇ ਸ਼ੇਰ ਨੇ ਸਭ ਗੱਲਾਂ ਬੜੀ ਸੰਜੀਦਗੀ ਨਾਲ ਉੱਤਰ ਦਿੱਤਾ ਇਸ ਤੇ ਬਾਦਸ਼ਾਹ ਨੇ ਉਹਨੂੰ ਕਿਹਾ ਤੂੰ ਆਦਮੀ ਦਾ ਚੰਗਾ ਲੱਗਦਾ ਏ ਪਰ ਤੇਰੇ ਮੂੰਹ ਤੇ ਮੁਸਕਰਾਹਟ ਦਾ ਨਿਸ਼ਾਨ ਨਹੀਂ ਗੱਲ ਕੀ ਏ ਸ਼ੇਰ ਨੇ ਉੱਤਰ ਦਿੱਤਾ ਮੇਰੀ ਆਤਮਾ ਮੇਰੀ ਪਤਨੀ ਦੀ ਯਾਦ ਵਿੱਚ ਤੜਫ ਰਹੀ ਏ ਮੈਨੂੰ ਹਾਸਾ ਮਖੌਲ ਕਿੱਥੇ ਸੋਝਦਾ ਏ ਇਸ ਤੇ ਜਮਰਦ ਨੇ ਹੱਸ ਕੇ ਕਿਹਾ ਜੇ ਇਹ ਗੱਲ ਹੈ ਤਾਂ ਤੂੰ ਉਦਾਸ ਹੋਣਾ ਮੈਂ ਹੀ ਤੇਰੀ ਪਿਆਰੀ ਪਤਨੀ ਜਮੁਰਦ ਤਾਂ ਇਹ ਕਹਿ ਕੇ ਉਹਨੇ ਆਪਣੇ ਸਿਰ ਤੇ ਰੱਖੀ ਹੋਈ ਪੱਗ ਲਾ ਦਿੱਤੀ ਤੇ ਸ਼ੇਰ ਇੱਕਦਮ ਜਮੁਰਦ ਨੂੰ ਪਛਾਣ ਗਿਆ ਉਹ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ ਅਗਲੇ ਦਿਨ ਜਮੁਰਦ ਨੇ ਆਪਣੇ ਅਹਿਲਕਾਰਾਂ ਨੂੰ ਬੁਲਾ ਕੇ ਕਿਹਾ ਮੈਂ ਕੁਝ ਦਿਨਾਂ ਲਈ ਸਫ਼ਰ ਤੇ ਚੱਲਿਆ ਮੇਰੀ ਥਾਂ ਕਿਸੇ ਹੋਰ ਨੂੰ ਚੁਣ ਲੈਣਾ ਤਾਂ ਜੋ ਉਹ ਮੇਰੀ ਗੈਰ ਹਾਜ਼ਰੀ ਵਿੱਚ ਰਾਜ ਪ੍ਰਬੰਧ ਚਲਾ ਸਕੇ ਉਸ ਨੇ ਦਿਨ ਫਵਰਦੀ ਤਿਆਰੀ ਕਰਕੇ ਉਹ ਆਪਣੇ ਦੇਸ਼ ਵਲ ਤੁਰ ਪਏ ਉੱਥੇ ਪਹੁੰਚ ਕੇ ਉਹਨਾਂ ਬਾਕੀ ਜੀਵਨ ਬੜੀ ਖੁਸ਼ੀ ਨਾਲ ਗੁਜ਼ਾਰਿਆ ਇਹ ਸੀ ਜੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਦੇ ਆਪਣੇ ਤਿੰਨੇ ਪਾਰਟ ਵਧੀਆ ਲੱਗੇ ਹੋਣਾ ਤਾਂ ਆਪਣੇ ਤਿੰਨੇ ਪਾਰਟਾਂ ਨੂੰ ਦੇਖਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਮਿਲਦੇ ਹਾਂ ਤੁਹਾਡੇ ਲਈ ਇੱਕ ਨਵੀਂ ਤੇ ਵਧੀਆ ਜੀ ਕਹਾਣੀ ਲੈ ਕੇ ਉਦੋਂ ਤੱਕ ਲਈ ਸਾਨੂੰ ਦਿਓ ਆਗਿਆ ਧੰਨਵਾਦ ਜਿਹੜੇ ਵੀ ਸਾਡੇ ਚੈਨਲ ਦੇ ਉੱਤੇ ਨਵੇਂ ਆਇਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਘੰਟੀ ਦਾ ਬਟਨ ਦਬਾਉਣ ਤਾਂ ਕਿ ਉਹਨਾਂ ਨੂੰ ਸਾਡੀ ਨਵੀਂ-ਨਵੀਂ ਕਹਾਣੀਆਂ ਉਹਨਾਂ ਨੂੰ ਨੋਟੀਫਿਕੇਸ਼ਨ ਰਾਹੀਂ ਅੱਗੇ ਆਉਂਦੀਆਂ ਰਹਿਣ ਧੰਨਵਾਦ